बिस्मिल्लाहिर्रहमानिर्रहीम, अस्सलाम वालेकुम। अल्लाह मेरे बहन में खुश रखे, बात रखे, ऐसे दुआ कर दे। चिकन पहले छोटे गैस कर दे, उस पर जाए कैम की तो सब्सक्राइब कर लो, जब बेल का बटन लाजमी प्रेस करो तक सी आने वाली हर वीडियो टाइम से तक तक पहुँच सके। अच्छा जी, अज वीडियो कुछ इस तरह ही है, क्योंकि सब तो पहले तो अज है कि बच्चों की छुट्टी एतवार आ, तो बच्चे घर आ, खूब इंजॉय दे कर कुदन दे घर च, तो मैं बस घर ही हाँ, मेरे को ही है, मैं बस मेरे काम दे करवा, तो मेरी दी अज मेरे काम करवाऊगी, काम तो होर नहीं, बस मेरा कैमरा ही फड़ना इन्हें, होर कुछ नहीं करवाना मेरे ना। तो माहम नादर शाह शहजेब आ, वह अपनी पुप्पू वाल गए हुए खेडन वास्ते उधर, तो शरोज भी बाहर ही खेडन दिया वा। मैं चलो मैं अपना घर का जरा काम वह कर लवा सब तो पहला, तो बैड की चादर बिछावगी अज, क्योंकि बैड की चादर हुई है गंदी, तो मशीन लगानी है मैं, तो नाल ये भी धो लवानगी, तो बैड की चादर बिछानी है, और नाले छाड़े आ सराहणिया के वह चेंज करने हैं करके, तो फिर नो चलो बच्चों के मतलब मशीन लानी है, तो चलो अज नाल फिर भी जब तो लवानगी करिए मावेश, नाले कुछ कपड़े जो मैं अपने सेफ से रखने हैं वह भी रख दी हाँ, तो और जो भी सीन होया वह भी अपनी मैं हमें करा शेयर। अच्छा जी, मैं कुछ नाले कपड़े रखने हैं, कपड़े कुछ रखने
ਮੈਂ ਕਿਹਾ ਨੋ ਚਲੋ ਨਾਲੇ ਚਾਦਰ ਛਾ ਲਵਾਂ ਚਾਦਰ ਚੇਂਜ ਕਰ ਦਵਾਂ ਬੈਡ ਦੀ ਔਰ ਨਾਲੇ ਨਾ ਦੂਸਰਾ ਕੱਪੜੇ ਜਿਹੜੇ ਮੇਰੇ ਰੱਖਣ ਵਾਲੇ ਆ ਉਹ ਵਿੱਚ ਰੱਖ ਦਵਾਂ ਕਿਉਂਕਿ ਬਹੁਤ ਬਹੁਤ ਜ਼ਿਆਦਾ ਖੁਸ਼ ਸੀ ਬਹੁਤ ਖੁਸ਼ ਸੀ ਲੋ ਜਾ ਕੇ ਲੋ ਦੇਖਿਆ ਕੱਪੜੇ ਰੱਖਣ ਵਿੱਚ ਟਾਂਗ ਦਾ ਮਾਸ਼ਾ ਸੇਲ ਭਰੀ ਪਈ ਹੈ ਤੇ ਜਗ੍ਹਾ ਬਣਾ ਕੇ ਰੱਖਣੇ ਪੈਂਦੇ ਕੱਪੜੇ ਹੋਣੇ ਕੱਪੜੇ ਟਾਂਗਦੇ ਔਰ ਨਾਲ ਹੀ ਕੱਢ ਲਵਾਂ ਨੀਚੇ ਮੈਂ ਚਾਦਰ ਚਾਦਰ ਨੂੰ ਨਾ ਬਾਹਰ ਹੀ ਪਈ ਉੱਥੇ ਔਰ ਕੱਪੜੇ ਦੇਖਣਾ ਕਰਾਂ ਚਾਦਰ ਬਾਹਰ ਹੀ ਪਈ ਲਾਦਾ ਯਾਰ ਕੁਰਸੀਆਂ ਤੇ ਅੱਛਾ ਜੀ ਹੁਣ ਦੀਆਂ ਚਾਦਰ ਛਾਣ ਤੇ ਚਾਦਰ ਇੱਥੇ ਬਾਹਰ ਹੀ ਪਈ ਸੀਗੀ ਚਾਦਰ ਬੰਦੀ ਹੋਈ ਆ ਚਲੋ ਚਾਦਰ ਚਾਦੀ ਹੁਣ ਸਾਰੇ ਸਾਰੇ ਉਹ ਵੀ ਸਾਰਿਆਂ ਸਾਰਿਆਂ ਸਰਾਣੇ ਦੇ ਸਾਰੇ ਹੁਣ ਪਾਉਂਦੇ ਚਾਦੀ ਅੱਛਾ ਜੀ ਆਹ ਵਾਲੀਆਂ ਚਾਦਰਾਂ ਚਾਹ ਪਾਈਆਂ ਦੀਆਂ ਅਤੇ ਚਾਹ ਪਾਈ ਦੀਆਂ ਜੇ ਚਾਦਰਾਂ ਸਾਫ਼ ਹੀ ਆ ਅਤੇ ਜਿੱਦਣ ਉਹ ਗੰਦੀਆਂ ਹੋਈਆਂ ਉੱਦਣ ਆ ਜਿਹੜੀਆਂ ਚਾਦਰਾਂ ਉੱਪਰ ਛਾ ਦੀਆਂ ਕਿਉਂਕਿ ਧੋਤੀਆਂ ਹੋਈਆਂ ਜਿਹੜੀਆਂ ਇਹ ਬਾਹਰ ਪਈਆਂ ਉੱਤੇ ਮਿੱਟੀ ਘੱਟਾ ਪੈਂਦਾ ਰਹਿੰਦਾ ਇਹ ਵੀ ਜਿਹੜੇ ਚੌਕੇ ਨੂੰ ਸਿਰ ਦੇ ਵਿੱਚ ਰੱਖਣਾ ਜਿੱਦਣ ਦੀ ਮੈਂ ਲੋਰੋਂ ਆਈ ਹਾਂ ਉੱਦਣ ਦਾ ਇੰਨਾ ਕੰਮ ਮੇਰਾ ਵਧਿਆ ਹੋਇਆ ਨਾ ਕਿਉਂਕਿ ਸਾਰਾ ਕੰਮ ਘਰ ਦਾ ਸੁਨਾਰਾ ਪਿਆ ਹੋਇਆ ਸੀਗਾ ਉੱਦਣ ਦਾ ਥੋੜ੍ਹਾ ਥੋੜ੍ਹਾ ਕਾਰ ਹੁਣ ਕੇ ਦੇਈਆਂ ਚੱਕਣ ਅਤੇ ਇਹ ਤੋਂ ਮੀਂਹ ਨੇਰੀਆਂ ਬਹੁਤ ਬਾਰਿਸ਼ਾਂ ਬਹੁਤ ਆਉਂਦੀਆਂ ਰਹੀਆਂ ਪਿੱਛੇ ਜਦੋਂ ਮੈਂ ਲੋਰੀਆਂ ਬਾਅਦ ਬਾਰਿਸ਼ ਹਨੇਰੀ ਅਤੇ ਇਸ ਵਾਰ ਤਾਂ ਹਨੇਰੀਆਂ ਦੀਆਂ ਵਜ੍ਹਾ ਦੇ ਨਾਲ ਨਾ ਮਤਲਬ ਕਿਉਂਕਿ ਮਿੱਟੀ ਘੱਟਾ ਸਾਡੇ ਹੈਗਾ ਰੇਤਲੀ ਇਲਾਕਾ ਰੇਤਲੀ ਇਲਾਕੇ ਜਿੱਥੇ ਆਉਂਦੀ ਆ ਮਿੱਟੀ ਘੱਟਾ ਹਨੇਰੀ ਹਨੇਰੀ ਜਦੋਂ ਚੱਲਦੀ ਨਾ ਫਿਰ ਤਾਂ ਗੋਕੀ ਹੁੰਦੇ ਮਿੱਟੀ ਦੇ ਔਰ ਡੁੱਬ ਕੇ ਅਤੇ ਉਹ ਇਸ ਵਾਸਤੇ ਨਾ ਬਹੁਤ ਚਾਦਰਾਂ ਬਹੁਤ ਗੰਦੀਆਂ ਹੁੰਦੀਆਂ